ਪੰਜਾਬ ਵੇ ਰਣਾ ਲਾਈਵ ਚੈਨਲ ਦੇਖ ਰਹੇ तमाम ਦਰਸ਼ਕਾਂ ਮੇਰੇ ਕੰਨੀ ਜਾਨੀ ਹਰਮਿੰਦਰ ਸਿੰਘ ਵੱਲੋਂ ਪਿਆਰ ਭਰੀ ਫਤ ਪ੍ਰਵਾਣ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਅੱਜ ਮੇਰੇ ਨਾਲ ਉਹ ਸ਼ਖਸੀਅਤ ਮੌਜੂਦ ਹਨ ਜੋ ਕਿਸੇ ਜਾਣ ਪਛਾਣ ਦੇ ਮਹਤਾਜ ਨਹੀਂ ਮੇਰੀ ਮਰਾਦ ਹੈ ਸੂਬੇਦਾਰ ਸਰਦਾਰ ਹਰਜੀਤ ਸਿੰਘ ਜੀ ਜੋ ਕਿ ਆਮ ਪਾਰਟ ਆਮ ਆਦਮੀ ਪਾਰਟੀ ਦੇ ਸੀਨੀਅਰ ਅਗੂਲੇ ਤੇ ਮੈਂ ਉਹਨਾਂ ਨਾਲ ਗੱਲ ਕਰਨੀ ਚਾਹਾਂਗਾ ਕਿ ਇਸ ਵਾਰ ਉਹ ਆਪਣੀ ਪਾਰਟੀ ਵੱਲੋਂ ਕਾਲੀ ਲੋੜੀ ਮਲਾਣੇ ਦੇ ਕਿਉਂ ਗੱਲ ਕਰਨੀ ਚਾਹਾਂਗੇ ਸਦਾ ਹਜੀ ਸਿੰਘ ਉਹਨਾਂ ਦਿਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਿਲਸਾਬ ਜਿੱਥੇ ਲੋਹੜੀ ਖੁਸ਼ੀਆਂ ਦਾ ਤਿਉਹਾਰ ਹੈ ਜੀ ਪਰ ਇਸ ਵਾਰ ਭਾਰਤ ਸਰਕਾਰ ਦੀ ਨਲਾਇਕੀ ਦਾ ਕਰਕੇ ਬਿਲਕੁਲ ਜੀ ਔਰ ਮੋਦੀ ਦੀ ਹਿਟਲਰ ਸੋਚ ਦਾ ਕਰਕੇ ਜੀ ਇਹ ਖੁਸ਼ੀਆਂ ਦੇ ਤਿਉਹਾਰ ਦੇ ਵਿੱਚ ਜਿਹੜਾ ਕਾਫੀ ਮਜੂਸੀ ਦਾ ਤਿਉਹਾਰ ਬਣਿਆ ਪਿਆ ਬਿਲਕੁਲ ਜੀ ਕਿਉਂਕਿ ਖੁਸ਼ੀਆਂ ਉਦੋਂ ਹੁੰਦੀਆਂ ਜਦ ਸਾਰੇ ਲੋਕਾਂ ਦੇ ਵਿੱਚ ਖੁਸ਼ ਹੋਣਾ ਬਿਲਕੁਲ ਅੱਜ ਮੇਰੇ ਦੇਸ਼ ਦਾ ਕਿਸਾਨ ਮੇਰੇ ਦੇਸ਼ ਦਾ ਅਨੰਦ ਆਤਾ ਮਜ਼ਦੂਰ ਆੜਤੀਆ ਪੱਲੇਦਾਰ ਜੀ ਸਭ ਜਿਹੜਾ ਵਾ ਦਿੱਲੀ ਨੂੰ ਘੇਰ ਕੇ ਬੈਠੇ ਨੇ ਜੀ ਕੁੰਡਲੀ ਬਾਡਰ ਤੇ ਸਿੰਘੂ ਬਾਡਰ ਤੇ ਜੀ ਜੀ ਆਪਣੀ ਹੋਂਦ ਬਚਾਉਣ ਵਾਸਤੇ ਜਿਹੜੇ ਆ ਉਹ ਬੈਠੇ ਹੋਏ ਨੇ ਇਸ ਕਰਕੇ ਇਸ ਵਾਰ ਅਸੀਂ ਸਰਬੱਤ ਸੰਗਤ ਨੂੰ ਹੀ ਬੇਨਤੀ ਕਰਦੇ ਆ ਜੀ ਕਿ ਆਓ ਆਮ ਆਦਮੀ ਪਾਰਟੀ ਨੇ ਜੋ ਇਹ ਲੋਹੜੀ ਦੀ ਸ਼ਾਮ ਸ਼ਹੀਦ ਕਿਸਾਨਾਂ ਦੇ ਨਾਮ ਜਿਹੜੀ ਕੀਤੀ ਹੈ ਅੱਜ ਅਸੀਂ ਜਿਹੜੇ ਕਾਲੇ ਕਾਨੂੰਨਾਂ ਦੇ ਕਾਪੀਆਂ ਹਰ ਮੁਹੱਲੇ ਹਰ ਪਿੰਡ ਹਰ ਘਰ ਦੇ ਵਿੱਚ ਨੇ ਉਹ ਸਾੜੀਆਂ ਜਾਣਗੀਆਂ ਜੀ ਔਰ ਇਹ ਕਾਲੇ ਤਿੰਨੇ ਕਾਲੇ ਕਾਨੂੰਨ ਜਿਹੜਾ ਇਹਨਾਂ ਦਾ ਸਖਤ ਵਿਰੋਧ ਕਰਾਂਗੇ ਜੀ ਕਿਉਂਕਿ ਲੋਹੜੀ ਦਾ ਤਿਹਾਰ ਨੂੰ ਇਹਨਾਂ ਨੇ ਜਿਹੜਾ ਆ ਉਹ ਬਿਲਕੁਲ ਮਯੂਸੀ ਵਾਲਾ ਤਿਹਾਰ ਬਣਾ ਦਿੱਤਾ ਆ ਸਿਰਫ ਮੋਦੀ ਸਰਕਾਰ ਦੀ ਨਲੈਕੀ ਦਾ ਕਰਕੇ ਉਹਨਾਂ ਦੀ ਗੰਦੀ ਸੋਚ ਦਾ ਕਰਕੇ ਬਿਲਕੁਲ ਜੀ ਜੀ ਸੋ ਸੂਬੇਦਾਰ ਸਾਹਿਬ ਜਿਵੇਂ ਕਿ 600 ਤੋਂ ਉੱਪਰ ਕਿਸਾਨ ਸ਼ਹੀਦ ਹੋ ਗਏ ਨੇ ਅਸੀਂ ਨਹੀਂ ਚਾਹੁੰਦੇ ਕਿ ਇਹੋ ਜਿਹਾ ਕੋਈ ਮੰਦਭਗਾ ਕੋਈ ਘਟਨਾ ਉੱਥੇ ਹੋਰ ਵਾਪਰੇ ਤੇ ਇਸ ਕਰਕੇ ਮੋਦੀ ਨੂੰ ਚਾਹੀਦਾ ਹੈ ਕਿ ਉਹ ਆਪਣੇ ਕਾਨੂੰਨ ਵਾਪਸ ਲੈ ਕੇ ਕਿਸਾਨਾਂ ਨੂੰ ਉਹਨਾਂ ਦਾ ਹੱਕ ਦੇ ਦੇਵੇ ਤੇ ਮੈਂ ਆਪ ਨੂੰ ਇਹ ਪੁੱਛਣਾ ਚਾਹਾਂਗਾ ਕਿ 26 ਜਨਵਰੀ ਪਲੇਡ ਵਿੱਚ ਤੁਸੀਂ ਸ਼ਾਮਲ ਹੋ ਰਹੇ ਹੋ ਬਿਲਕੁਲ ਜੀ ਅਸੀਂ ਸੰਗਤ ਨੂੰ ਵੀ ਬੇਨਤੀ ਕਰ ਰਹੇ ਹਾਂ ਕਿ ਜਿਨ੍ਹਾਂ ਜਿਨ੍ਹਾਂ ਦੇ ਗਰੂਪ ਪਾਸ਼ਾ ਦੀ ਕਿਰਪਾ ਜਿਨ੍ਹਾਂ ਦੇ ਘਰਾਂ ਦੇ ਵਿੱਚ ਟਰੈਕਟਰ ਨੇ ਉਹ ਆਪੋ ਆਪਣੇ ਟਰੈਕਟਰ ਲੈ ਕੇ 26 ਜਨਵਰੀ ਵਾਲੇ ਤੋਂ ਪਹਿਲਾਂ ਪਹਿਲਾਂ ਜਿਹੜਾ ਵਾ ਦਿੱਲੀ ਵੱਲ ਨੂੰ ਕੂਚ ਕਰਨ ਤਾਂ ਕਿ ਜਿਹੜਾ ਉੱਥੇ ਕਿਸਾਨਾਂ ਦੇ ਇਸ ਟਰੈਕਟਰ ਮਾਰਚ ਨੂੰ ਜਿਹੜਾ ਆ ਉਹ ਵੱਡਾ ਹੰਗਾਰਾ ਮਿਲ ਸਕੇ ਔਰ ਮੋਦੀ ਸਰਕਾਰ ਦੀ ਨੂੰ ਝੁੱਕ ਸਕੇ ਔਰ ਜਿਹੜੇ ਕਿਸਾਨਾਂ ਦੇ ਜਿਹੜੇ ਵਰ ਖਿਲਾਫ ਜੋ ਕਾਲੇ ਕਾਨੂੰਨ ਤੋ ਪੇ ਗਿਆ ਉਹਨਾਂ ਨੂੰ ਰੱਦ ਕਰਾਇਆ ਜਾ ਸਕੀ ਜੀ ਮਿਹਰਬਾਨੀ ਜੀ ਇਹ ਸੰਜੀ ਸਰਦਾਰ ਹਰਜੀਤ ਸਿੰਘ ਜੀ ਸੂਬੇ ਦਾ ਸਰਦਾਰ ਹਰਜੀਤ ਸਿੰਘ ਜੀ ਆਮ ਆਦਮੀ ਪਾਰਟੀ ਸੀਨੀਅਰ ਆਗੂ ਬਾਬਾ ਬਕਾਲਾ ਸਾਹਿਬ ਜਿਨ੍ਹਾਂ ਨੇ ਸਾਨੂੰ ਵਿਸਤਾਰਪੂਰਕ ਜਾਣਕਾਰੀ ਦਿੱਤੀ ਕਿ ਅੱਜ ਕਾਲੀ ਲੋੜੀ ਕਿਉਂ ਮਨਾਇਆ ਜਾ ਰਹੀ ਹੈ ਸੋ ਕੈਮਰਾਮੈਨ ਰਾਹੁਲ ਪ੍ਰੀਤ ਦੇ ਨਾਲ ਹਰਮਿੰਦਰ ਗੇਲ ਬਾਬਾ ਬਕਾਲਾ ਸਾਹਿਬ ਧੰਨਵਾਦ ਜੀ